मैं ते भगवंत मान अज सारा दिन इकट्ठे इको गड्डी नाल रहे हां ते इकट्ठे खाना खादा है। दरअसल ये है कि अकाली कांग्रेस सानू दोवां नूं इकट्ठे देख के बर्दाश्त नहीं कर पाउंदे। असी झूठ दी बुनियाद ते कीते खौती विरोध तो डरन वाले नहीं। ये रात दी जदों मेरी पोस्ट पाई ते कीता जर्नलिस्ट एथिक्स डिमांड के ये न्यूज इमीडिएटली विड्रॉ होनी चाहिए थी, पर विड्रॉ नहीं होई। फुलका साहब किन्ने कीती फिर, क्योंकि कांग्रेस साहब विरोध तो हो सकता, विरोध हो सकता, वॉलंटियर विरोध भी वड्डे पर ਤੁਹਾਡੀ ਨਾਲ ਫੋਟੋ ਲਾ ਗੱਲ ਜਿਹੜੀ ਆਈ ਆ ਕਿ ਜੀ ਦੇਖੋ ਵਿਰੋਧ ਜੋ ਹੋਇਆ ਜੋ ਵੀ ਹੋਇਆ ਤੁਹਾਡੇ ਸਾਹਮਣੇ ਆ ਜੀ ਜੀ, ਪਰ ਇੱਥੇ ਗੱਲ ਇਹ ਆ ਕਿ ਮੈਂ ਕੇਜਰੀਵਾਲ ਕੋਲੇ ਭਗਵੰਤ ਮਾਨ ਦੀ ਨਹੀਂ, ਇਹ ਤਾਂ ਗੱਲ ਕਲੀਅਰ ਮੈਨੂੰ ਕੀਤੀ ਹੋਈ ਨਹੀਂ ਗਲਤ ਗੱਲ ਆ, ਨਹੀਂ ਨਹੀਂ ਇਹ ਤਾਂ ਕਲੀਅਰ ਹੋ ਗਈ ਮੇਰਾ ਮਤਲਬ, ਪਰ ਕਾਂਗਰਸ ਸਾਹਿਬ ਦਾ ਵਿਰੋਧ ਕਰਦੇ ਨਾਲ ਤੁਹਾਡੀਆਂ ਫੋਟੋਆਂ ਲਾ ਕੇ ਅਗਲੇ ਜੀ ਮਰਜ਼ੀ ਆ ਜੀ, ਨਹੀਂ ਇਹ ਕਿਹਾ ਜਾਂਦਾ ਨਾ ਕਾਂਗਰਸ ਸਾਹਿਬ ਤੁਹਾਡੇ ਰਿਸ਼ਤੇਦਾਰ ਨੇ ਨੇੜੇ ਦੇ ਦੇਖੋ ਨਾ ਮੇਰੇ ਕਹਿੰਦੇ ਮੇਰੇ ਮਾਮੇ ਦਾ ਪੁੱਤ, ਮੇਰੇ ਮਾਮੇ ਤਾਂ ਆ ਇੱਥੇ ਆ ਰੁੜਕੀ ਪਿੰਡ ਵਿੱਚ, ਕਿਹਦਾ ਪੁੱਤ ਹੈ ਜੀ ਉਹ ਫਿਰ, ਆ ਮੇਰਾ ਮਾਮਾ ਦਾ ਰੁੜਕੀ, ਪਰ ਤੁਹਾਡੇ ਨਾਲ ਨਾਮ ਕਿਉਂ ਜੋੜਿਆ, ਮਾਸੀ ਦਾ ਨਹੀਂ ਕਿਹਦਾ ਨਾਮ ਜੋੜਦੇ ਆ ਕਿ ਕਿਉਂਕਿ ਅਸੀਂ ਸਾਰੀਆਂ ਮਹਿਮਾ ਇਕੱਠੀਆਂ ਚਲਾਈਆਂ ਜੀ 2012 ਪਿਛਲੇ ਅਸੈਂਬਲੀ ਇਲੈਕਸ਼ਨ ਦੇ ਵਿੱਚ ਜੀ, ਪਿਛਲੇ ਅਸੈਂਬਲੀ ਇਲੈਕਸ਼ਨ ਦੇ ਵਿੱਚ 800 ਕਿਲੋਮੀਟਰ ਲੰਬਾ ਮਾਰਚ ਮੈਂ ਨਿਕਾਲਿਆ ਸੀ, ਅਸੀਂ ਨਿਕਾਲਿਆ ਸੀ ਕਰਨਾ ਚਾਹੀਦਾ, ਅਸੀਂ ਨਿਕਾਲਿਆ ਸੀ ਨਸ਼ਿਆਂ ਦੇ ਖਿਲਾਫ, ਕਿਸੇ ਪਾਰਟੀ ਦੀ ਮਦਦ ਨਹੀਂ ਸੀ ਕੀਤੀ, 800 ਕਿਲੋਮੀਟਰ ਲੰਬਾ ਮਾਰਚ ਨਿਕਾਲਿਆ ਸੀ, ਅੰਮ੍ਰਿਤਸਰ ਤੋਂ ਸ਼ੁਰੂ ਹੋਈ ਸੀ ਤੇ ਲਗਭਗ ਸਾਰਾ ਪੰਜਾਬ ਕਵਰ ਕਰਕੇ ਇੱਥੇ ਆ ਕੇ ਮੈਂਬਰ ਨੇ ਦਿੱਤਾ ਸੀ। ਉਹ ਮੇਰਾ ਮਾਰਚ ਕੰਗ ਨੇ ਆਰਗੇਨਾਈਜ਼ ਕੀਤਾ ਸੀ, ਕਿਉਂਕਿ ਅਸੀਂ ਕਾਲਜ 'ਚ ਇਕੱਠੇ ਸੀ, ਉਹ ਕੰਗ ਨੇ ਆਰਗੇਨਾਈਜ਼ ਕੀਤਾ ਸੀ। ਐਸ ਜੀ ਪੀ ਸੀ ਇਲੈਕਸ਼ਨ ਦੇ ਵੇਲੇ ਇੱਕ ਅਸੀਂ ਗਰੁੱਪ ਬਣਾਇਆ ਸੀ ਕਿ ਐਸ ਜੀ ਪੀ ਸੀ ਇਲੈਕਸ਼ਨ 'ਚ 2011 'ਚ ਕਿ ਨਸ਼ੇ ਨਾ ਵੱਡੇ ਜਾਣ, ਐਸ ਜੀ ਪੀ ਸੀ ਇਲੈਕਸ਼ਨ 'ਚ ਤੁਹਾਨੂੰ ਇੱਥੇ ਪਤਾ ਪ੍ਰੈਸ ਕਾਨਫਰੰਸ ਕਰਦੇ ਰਹੇ ਹਾਂ, ਉਦੋਂ ਵੀ ਉਹ ਕੰਗ ਅੱਗੇ ਸੀ, ਕੰਗ ਨੇ ਆਰਗੇਨਾਈਜ਼ ਕੀਤਾ ਸੀ। ਉਸ ਤੋਂ ਮਗਰੋਂ 2010 ਦੇ ਵਿੱਚ ਇੱਕ ਕਿਸਾਨਾਂ ਨੂੰ ਕਿਸਾਨੀ ਸੁਧਾਰਨ ਵਾਸਤੇ ਅਸੀਂ ਲਹਿਰ ਚਲਾਈ ਸੀ, ਕਿਰਤ ਲਹਿਰ, ਉਹਦੇ 'ਚ ਕਿਸਾਨਾਂ ਦੀ ਆਮਦਨ ਵਧਾਉਣ ਦੇ ਬਾਰੇ ਬੜਾ ਕੁਛ ਕੀਤਾ ਸੀ, ਸੈਲਫ ਹੈਲਪ ਗਰੁੱਪ ਬਣਾਏ, ਕਮਿਊਨਿਟੀ ਫਾਰਮਿੰਗ ਸ਼ੁਰੂ ਕਰਾਈ, ਉਹ ਵੀ ਕੰਗ ਮੈਨੇਜ ਕਰ ਰਿਹਾ ਸੀ ਅਤੇ ਮੈਂ ਦਿੱਲੀ ਆ ਕੇ ਗਾਈਡ ਕਰ ਰਿਹਾ ਸੀ। ਤੁਹਾਡਾ ਮੇਰੇ ਰਿਸ਼ਤੇਦਾਰ ਨਹੀਂ, ਤੁਹਾਡੇ ਸਾਥੀ ਨਹੀਂ, ਰਿਸ਼ਤੇਦਾਰ ਨਹੀਂ, ਚਾਰ ਪੁਸ਼ਤਾਂ ਪੰਜ ਪੁਸ਼ਤਾਂ ਦਾ ਵੈਸੇ ਨਾਲ ਵੀ ਨਿਕਲਿਆ ਸੀ ਤਰੋਚਨ ਜੀ, ਹਾਂਜੀ 3-4 ਪੁਸ਼ਤਾਂ ਤਾਂ ਮੇਰੀ ਤੁਹਾਡੇ ਨਾਲ ਵੀ ਨਿਕਲਿਆ ਹੋਣੀ ਆ ਰਿਸ਼ਤੇਦਾਰੀ, ਹੈ ਨਾ ਮੇਰੇ ਮਾਮੇ ਦਾ ਪੁੱਤ ਹੈ ਨਾ ਮੇਰੇ ਭੂਆ, ਉਹਦੇ ਨਾਨਕੇ ਵਾਗੇ ਪੁਰਾਣੇ ਆ, ਕਿਸਾਨ ਵਿੰਗ ਦਾ ਪ੍ਰਧਾਨ ਸੀ, ਜਗਦੀਪ ਦੇ ਬੰਦੇ ਮਤਲਬ ਭਗਵੰਤ ਨਾਲ ਰਿਲੇਟ ਕੀਤਾ ਜਾਂਦਾ ਹੈ, ਉਹਨਾਂ ਨੂੰ ਅਰਵਿੰਦ ਕੇਜਰੀਵਾਲ ਨੇ ਸੰਗਰੂਰ ਮਿਲਣ ਦਾ ਟਾਈਮ ਦਿੱਤਾ, ਬਾਕੀ ਹੋਰ ਕਿਸੇ ਦੇ ਵੀ ਵਿਰੋਧ ਕਰਨ ਵਾਲੇ ਨੂੰ ਕਿਸੇ ਨੂੰ ਟਾਈਮ ਨਹੀਂ ਮਿਲਿਆ, ਇਸ ਕਰਕੇ ਕੋਰਿਲੇਟ ਕੀਤਾ ਜਾ ਰਿਹਾ ਕਿ ਉਹ ਭਗਵਾਨ ਦੇ ਵੱਲੋਂ ਆਰਗੇਨਾਈਜ਼ ਵੀਰ, ਮੈਨੂੰ ਨਹੀਂ ਪਤਾ ਕਿ ਕੋਈ ਕਿਹਦੇ ਟਾਈਮ ਦਿੱਤਾ ਕਿ ਹੋਇਆ, ਮੈਨੂੰ ਜਾਣਕਾਰੀ ਹੈ ਕਿ ਉਹ ਜਿੰਨੇ ਵੀ ਵਿਰੋਧ ਕਰਦੇ ਨੇ ਜਿਹੜੇ ਤੁਹਾਡੀਆਂ ਫੋਟੋਆਂ ਲੈ ਕੇ ਖੜੇ ਸੀਗੇ ਉਹਨਾਂ ਨੂੰ ਤੁਸੀਂ ਦਿਖਾਇਆ, ਮੀਡੀਆ ਦਿਖਾਇਆ, ਮੈਂ ਕਿਹਾ ਭਾਈ ਹੋਰ ਜਿੰਨੀਆਂ ਲੈ ਕੇ ਖੜ ਲਓ, ਜੇ ਅੱਜ ਇਹਨਾਂ ਨੂੰ ਇਹੀ ਲੱਗਦਾ ਕਿ ਕਿਸੇ ਨੂੰ ਇਹ ਲੱਗਦਾ ਜਾਂ ਪੰਜਾਬ ਦੇ ਕਿਸੇ ਬੰਦੇ ਨੂੰ ਇਹ ਲੱਗਦਾ ਕਿ ਫੂਲਕਿਆਂ ਨੇ ਸਾਰੀ ਜ਼ਿੰਦਗੀ ਹੈ ਪੰਜਾਬ ਦੇ ਹਿੱਤਾਂ ਦੀ ਕੰਮ ਕਰਨ ਦੀ ਬਜਾਏ ਪੰਜਾਬ ਦੇ ਖਿਲਾਫ ਕੰਮ ਕੀਤਾ, ਤਾਂ ਲੈ ਕੇ ਖੜੋ ਫੋਟੋਆਂ, ਮੈਨੂੰ ਕੋਈ ਪਰਵਾਹ ਨਹੀਂ। ਵਟ ਵਾਜ਼ ਦਾ ਰਿਐਕਸ਼ਨ ਆਫ ਕੇਜਰੀਵਾਲ? ਮੈਨੂੰ ਨਹੀਂ ਪਤਾ, ਮੈਂ ਗੱਲ ਹੀ ਨਹੀਂ ਕੀਤੀ, ਮੈਨੂੰ ਨਹੀਂ ਪਤਾ, ਮੈਨੂੰ ਇਹ ਵੀ ਨਹੀਂ ਪਤਾ ਕੋਈ ਮਿਲਿਆ, ਡਿਸਕਸ ਹੀ ਨਹੀਂ ਹੋਇਆ। ਮੈਂ ਤੁਹਾਨੂੰ ਇਹ ਕਹਿੰਦਾ, ਦੈਟਸ ਵਾਈ ਸਰ ਉਹਨਾਂ ਨੂੰ ਟਾਈਮ ਦਿੱਤਾ। ਅਰੇ ਵੀਰ ਮੇਰੀ ਗੱਲ ਸੁਣ ਲਓ, ਮੈਨੂੰ ਇਹ ਵੀ ਨਹੀਂ ਪਤਾ ਕੋਈ ਮਿਲਿਆ, ਇਹਦੇ ਬਾਰੇ ਕੋਈ ਗੱਲ ਨਹੀਂ ਹੋਈ, ਭਗਵੰਤ ਤੇ ਮੈਂ ਇਕੱਠੇ ਬੈਠੇ ਰਹੇ ਹਾਂ। ਤੁਸੀਂ ਕੱਲ ਨਾਲ ਸੀਗੇ ਸੰਗਰੂਰ ਦੇ ਵਿੱਚ ਮੀਟਿੰਗ ਹੋਈ ਹੈ ਜੀ, ਆ ਤੇ ਅਸੀਂ ਆ ਕੁਝ ਡਿਸਕਸ ਕੀਤਾ, ਜੇ ਮੈਂ ਉਹਦੇ ਨਾਲ ਆ ਤੇ ਇਹਦਾ ਤਸਰੇ ਥੋੜਾ ਬਹੁਤ ਕਰ ਦਾਂ, ਬਿਲਕੁਲ ਨਹੀਂ, ਕੋਈ ਗੱਲ ਨਹੀਂ ਹੋਈ ਉਹਦੇ ਬਾਰੇ। ਚਲੋ ਹੁਣ ਇੱਕ ਗੱਲ ਇਹ ਦੱਸੋ ਫੁਲਕਾ ਜੀ ਕਿ ਮਾਨ ਸਾਹਿਬ ਨੂੰ ਸੁਖਵੀਰ ਦੇ ਅਗੇਂਸਟ ਅਲਾਉਂਸ ਜਿਹੜਾ ਅਲਾਉਂਸ ਕੀਤਾ ਲਿਟਰੇਚਰ, ਉਹ ਮਾਨ ਨੂੰ ਚੀਫ ਮਿਨਿਸਟਰ ਬਣਾਉਣ ਦੀ ਕੋਸ਼ਿਸ਼ ਹੈ ਕਿ ਪੋਲੀਟਿਕਸ ਤੋਂ ਬਾਹਰ ਕਰਨੀ? ਸੁਖਵੀਰ ਨੂੰ ਹਰਾਉਣ ਦੀ ਕੋਸ਼ਿਸ਼ ਆ, ਔਰ ਪੂਰਾ ਜ਼ੋਰ ਲਾ ਕੇ, ਪੂਰਾ ਮੋਢੇ ਦੇ ਨਾਲ ਮੋਢਾ ਲਾ ਕੇ ਭਗਵੰਤ ਮਾਨ ਦੇ ਸੁਖਵੀਰ ਨੂੰ ਹਰਾਵਾਂਗੇ।
एक फुलका साहब तुम बड़ी एफर्ट्स करते रहे भी नवजोत सिद्धू बड़ा वधिया बंदा जे पार्टी च आ जाए तो फायदा होगा, नाकामी कित्थे रही मतलब कांग्रेस की? मैनू नहीं पता वीर, मैं तुम पिछले बार भी कहा सी कि मैं नेगोशिएशन च इनवॉल्व नहीं सी। कमल संधू साहब मैं चाहता सी, मैं चाहता सी ते पर मैं नेगोशिएशन च इनवॉल्व नहीं सी। गलबात विच नेगोशिएशन कदी हुई? मैं गलबात दे विच मैं इनवॉल्व नहीं सी।